84 ਸਿੱਖ ਕਤਲੇਆਮ ਦੇ ਪੀੜਤਾਂ ਦਾ ਕੇਸ ਲੜਦਿਆਂ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸਿੱਖ ਵਕੀਲ ਐਚ ਐਸ ਫੂਲਕਾ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਨੇ। ਇਸ ਮੌਕੇ ਉਹਨਾਂ ਆਖਿਆ ਕਿ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਉਣ ਪਹੁੰਚੇ ਨੇ। ਸੋਦਾਸ ਰੱਖਿਆ ਆਪਣੇ ਕੰਠ ਲਾਏ ਜੀ ਇੱਕ ਸਖਤ ਉਪਾਇਆ ਮਹਾ ਮਾਇਆ ਤਾਕੇ ਵਰ ਵਰ ਜਾਈ ਅਖੰਡ ਪਾਠ ਸਾਹਿਬ ਕਰਾਇਆ ਵਾ ਇੱਥੇ ਸ਼ੁਕਰਾਨੇ ਵਜੋਂ ਵਾਹਿਗੁਰੂ ਨੇ ਬਹੁਤ ਸ਼ੁਕਰ ਕੀਤੀ ਹੈ ਬਹੁਤ ਮਿਹਰ ਪਰਮਾਤਮਾ ਨੇ।